ਤਗਦੀ ਲਾਹੌਰ ਦੀ ਆ, ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀ ਆ, ਜਿਸ ਹਿਸਾਬ ਨਾਲ ਤੱਕਦੀ ਆ ਕੁੜੀ ਲੱਗਦੀ ਲਾਹੌਰ ਦੀ ਆ। ਗੀਤਾਂ ਨਾਲ ਧਮਾਲ ਪਾਉਣ ਵਾਲੇ ਗਾਇਕ ਗੁਰੂ ਰੰਧਾਵਾ ਦੇ ਗੀਤ ਲਾਹੌਰ ਨੂੰ ਇੱਕ ਹੋਰ ਵੱਡੀ ਸਫਲਤਾ ਮਿਲ ਗਈ ਹੈ। ਗੁਰੂ ਦਾ ਲਾਹੌਰ ਗੀਤ ਯੂਟਿਊਬ ਤੇ ਬਿਲਬੋਰਡ ਟੌਪ 25 'ਚ ਜਗ੍ਹਾ ਬਣਾਉਣ 'ਚ ਸਫਲ ਹੋ ਗਿਆ, ਜਿਸ ਨੂੰ ਲੈ ਕੇ ਗੁਰੂ ਦਾ ਕਹਿਣਾ ਹੈ ਕਿ ਇੱਕ ਦਿਨ ਅੰਤਰਰਾਸ਼ਟਰੀ ਸੂਚੀ 'ਚ ਸ਼ਾਮਿਲ ਹੋਣਾ ਉਹਨਾਂ ਦਾ ਸੁਪਨਾ ਸੀ, ਜੋ ਕਿ ਸਾਕਾਰ ਹੋ ਗਿਆ ਜਦ ਉਹਨਾਂ ਨੂੰ ਪਤਾ ਲੱਗਾ ਕਿ ਇਸ ਹਫ਼ਤੇ ਯੂਟਿਊਬ 'ਤੇ ਇਹ ਗੀਤ ਬਿਲਬੋਰਡ 'ਚ 21ਵੇਂ ਨੰਬਰ 'ਤੇ ਪਹੁੰਚ ਗਿਆ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਤੋਂ ਬਾਅਦ ਰੰਧਾਵਾ ਨੇ ਪਹਿਲਾਂ ਬਾਲੀਵੁੱਡ ਤੇ ਹੁਣ ਬਿਲਬੋਰਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਇਸ ਸੂਚੀ 'ਚ ਐਡ ਸ਼ੀਰਨ, ਲੂਇਸ ਫਾਂਸੀ ਤੇ ਬਰੂਨੋ ਮਾਰਸ ਵਰਗੇ ਕਲਾਕਾਰਾਂ ਦੇ ਨਾਮ ਸ਼ਾਮਿਲ ਨੇ। ਇੱਕ ਵਾਰੀ ਫਿਰ ਰੰਧਾਵਾ ਦਾ ਗੀਤ ਹਾਈ ਰੇਟਡ ਗੱਭਰੂ ਫਿਲਮ ਨਵਾਬਜ਼ਾਦੇ 'ਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਗੀਤ ਸੂਟ ਨੂੰ ਬਾਲੀਵੁੱਡ ਫਿਲਮ ਹਿੰਦੀ ਮੀਡੀਅਮ 'ਚ ਲਿਆ ਗਿਆ ਸੀ। ਇਸ ਦੇ ਨਾਲ ਗੁਰੂ ਰੰਧਾਵਾ ਬਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ 'ਚ ਆਪਣੇ ਗੀਤਾਂ ਦੀ ਧਮਾਲ ਪਾਉਣ ਵਾਲੇ ਗਾਇਕਾਂ ਵਿੱਚੋਂ ਇੱਕ ਹੋ ਗਏ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।